ਬੀਤੇ ਦਿਨੀ ਪਟਿਆਲਾ ਦੇ ਵਿਚ ਖੁਦਕੁਸ਼ੀ ਕਰਨ ਵਾਲੇ ਫੂਡ ਐਂਡ ਸਪਲਾਈ ਅਧਿਕਾਰੀ ਕਮਲਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਦੇ ਲਈ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਫੂਡ ਐਂਡ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੜਕਾਂ ਤੇ ਉਤਰੇ ਆਏ ਨੇ ਅਤੇ ਸਰਕਾਰ ਤੋਂ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰਨ ਵਾਲੇ ਵਿਜੀਲੈਂਸ ਵਿਭਾਗ ਦੇ ਆਰਥਿਕ ਅਪਰਾਧ ਸ਼ਾਖਾ ਦੇ ਇੱਕ ਇੰਸਪੈਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨਸਾਫ਼ ਨਾ ਮਿਲਦਾ ਦੇਖ ਕੇ ਨਾ ਸਿਰਫ ਆਪਣਾ ਕੰਮ ਠੱਪ ਰੱਖਣ ਦੀ ਚੇਤਾਵਨੀ ਦਿੱਤੀ ਹੈ ਬਲਕਿ ਇਨਸਾਫ਼ ਨਾ ਮਿਲਣ ਤੇ ਆਗਾਮੀ 1 ਅਕਤੂਬਰ ਤੋਂ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਨੂੰ ਠੱਪ ਕਰ ਦੇਣ ਦਾ ਐਲਾਨ ਵੀ ਕੀਤਾ ਹੈ। ਸਾਡੇ ਤੁਸੀਂ ਜਿਵੇਂ ਕਿਹਾ ਸਾਡੇ ਮਿੱਤਰ ਵੀ ਸੀ, ਸਾਡੇ ਇੱਕ ਬਹੁਤ ਮਹਿਕਮੇ ਦੇ ਬਹੁਤ ਹੋਣਹਾਰ ਅਫਸਰ ਵੀ ਸੀ, ਜਿਸ ਦਾ ਘਾਟਾ ਮੈਂ ਸਾਨੂੰ ਤਾਂ ਹੈ ਹੀ ਹੈ, ਇਹਨਾਂ ਰਿਲੇਸ਼ਨ ਸੀਗੇ, ਮਹਿਕਮੇ ਨੂੰ ਵੀ ਝੱਲਣਾ ਪਊਗਾ। ਬਟ ਇਸ ਗੱਲ 'ਚ ਉਹਨਾਂ ਜੋ ਸਾਨੂੰ ਘਾਟਾ ਪਿਆ ਉਹ 'ਚ ਕਿਸੇ ਨਾ ਕਿਸੇ ਕਾਰਨ ਇੱਕ ਮਹਿਕਮਾ ਵੀ ਬਣਦਾ, ਮਹਿਕਮੇ ਦੀਆਂ ਗਲਤ ਨੀਤੀਆਂ ਪੋਲਸੀਆਂ ਜੋ ਕਿ ਮੁਲਾਜ਼ਮ ਪੱਖੋਂ ਨਹੀਂ ਹੈਗੀਆਂ, ਮੁਲਾਜ਼ਮ ਮਾਰੂ ਨੇ, ਉਹਦੇ ਸਿੱਟੇ ਨਿਕਲ ਰਹੇ ਨੇ ਬਾਹਰ ਕਿ ਤੁਸੀਂ ਰੋਜ਼ਮਰਾ ਦੇਖ ਰਹੇ ਹੋਵੋਗੇ, ਕੋਈ ਖੁਦਕੁਸ਼ੀ ਕਰ ਰਿਹਾ, ਕਿਸੇ ਨੂੰ ਜਾਣ ਕੇ ਉਲਝਾਇਆ, ਪਰੇਸ਼ਾਨ ਕੀਤਾ ਜਾ ਰਿਹਾ। ਵਿਜੀਲੈਂਸ ਵਿਭਾਗ 'ਚ ਇਨਕੁਆਇਰੀ ਚੱਲਦੀ ਜਿਸ 'ਚ ਮੈਂ ਵੀ ਉਹਨਾਂ ਦੇ ਨਾਲ ਸ਼ਾਮਿਲ ਸੀ। ਸਾਨੂੰ ਉਸ 'ਤੇ ਉੱਥੇ ਸੰਬੰਧਿਤ ਈਓ ਵਿੰਗ 'ਚ ਇੰਸਪੈਕਟਰ ਇਕਬਾਲ ਸਿੰਘ ਜਿਹਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਅਤੇ ਭੱਦੀ ਸ਼ਬਦਾਵਲੀ ਦੀ ਸਾਨੂੰ ਸਾਡੀਆਂ ਗੱਲਾਂ ਬਾਤਾਂ ਨੂੰ ਬਿਲਕੁਲ ਅਣਸੁਣਿਆ ਕੀਤਾ ਅਤੇ ਸਾਨੂੰ ਵਿੱਚ ਸ਼ਾਮਿਲ ਕਰਨ ਦੀ ਉਹਨੇ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਅਤੇ ਸ਼ਾਇਦ ਉਹ ਕਰੇਗਾ ਵੀ। ਔਰ ਸੁਸਾਈਡ ਨੋਟ 'ਚ ਉਹਨਾਂ ਨੇ ਪ੍ਰੋਪਰ ਇਹ ਗੱਲ ਕਹੀ ਆ ਜੀ, ਔਰ ਜੋ ਪਹਿਲੇ ਪੰਨੇ ਤੋਂ ਉਹਨਾਂ ਗੱਲ ਕਹੀ ਹੈ ਵੀ ਸਾਨੂੰ ਉੱਥੇ 15 ਤਰੀਕ ਨੂੰ ਈਓ ਵਿੰਗ 'ਚ ਇਕਬਾਲ ਸਿੰਘ ਨੇ ਸੱਦਿਆ ਅਤੇ ਸਾਨੂੰ ਵਿੱਚ ਉਹਨਾਂ ਨੇ ਸੁਸਾਈਡ ਨੋਟ 'ਚ ਇਹ ਵੀ ਦੱਸਿਆ ਵੀ ਉਹ ਵਿੱਚ ਸ਼ਾਮਿਲ ਕਰਨ ਦੀ ਗੱਲ ਵੀ ਸੁਸਾਈਡ ਨੋਟ 'ਚ ਹੈਗੀ ਆ। ਦੋਸ਼ੀ ਨੂੰ ਉਹ ਜੀ ਇੱਕ ਤਾਂ ਆਪਣੇ ਹੈਪੀ ਸ਼ਰਮਾ ਨੇ ਕੋਈ, ਇੱਕ ਸੁਰਿੰਦਰਪਾਲ ਨੇ, ਇੱਕ ਹਰਜੀਤ ਸਿੰਘ ਜਸਦੇਵ ਸ਼ੈਲਰ ਮਾਲਕਾ ਕੋਈ ਜੋ ਵੀ ਸਧਾਰਨ ਕੰਮਾਂ ਹੋ ਰਿਹਾ, ਕੋਈ ਲਿੰਕਿੰਗ ਆ, ਕੋਈ ਪਾਲਿਸੀ ਆ, ਕੋਈ ਹੋਰ ਵੀ ਕੰਮ ਜੋ ਚੱਲ ਰਹੇ ਨੇ ਮਹਿਕਮੇ ਦੇ ਜੋ ਸਾਡੇ ਮਹਿਕਮੇ ਨਾਲ ਸੰਬੰਧਿਤ ਕੰਮ ਨੇ, ਪਰ ਦਫ਼ਤਰ ਦੇ ਇੱਕ ਤਰੀਕ ਤੋਂ ਜੋ ਸੀਜ਼ਨ ਆ ਰਿਹਾ ਅਸੀਂ ਉਹਦਾ ਵੀ ਬਾਈਕਾਟ ਕਰਾਂਗੇ ਜੇ ਸਾਨੂੰ ਕੋਈ ਇਨਸਾਫ਼ ਨਾ ਮਿਲਿਆ। ਪੈਡੀ ਖਰੀਦ ਪ੍ਰਬੰਧਾਂ ਦੀ ਤਿਆਰੀ ਚੱਲ ਰਹੀ ਹੈ ਜੀ। ਕੋਈ ਸੈਲਰ ਦੀ ਜੀ, ਕਿਸੇ ਸੈਲਰ ਦੀ ਕੋਈ ਇਨਕੁਆਇਰੀ ਸੀਗੀ ਜਿਸ ਕੋਈ ਸੈਲਰ ਕੋਈ ਮਾਲਕ ਗਬਨ ਕਰ ਗਿਆ ਸੀਗਾ ਉਹ ਚੀਜ਼ ਨਾਲ ਸ਼ਾਮਿਲ ਕਰ ਰਹੇ ਸੀ। ਸਾਡੇ ਇੱਕ DFSO ਸਾਹਿਬ ਨੇ ਕਮਲਦੀਪ ਸਿੰਘ ਗਿੱਲ ਜੀ ਨੇ ਕੱਲ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਵਿਜੀਲੈਂਸ ਵਿਭਾਗ ਚੰਡੀਗੜ੍ਹ ਈਓ ਵਿੰਗ ਦਾ ਇੰਸਪੈਕਟਰ ਇਕਬਾਲ ਸਿੰਘ ਇੱਕ ਜਾਲੀ ਕੇਸ ਦੇ ਵਿੱਚ ਉਹਨਾਂ ਨੂੰ ਫਸਾ ਕੇ ਇੱਕ ਇਨਕੁਆਇਰੀ ਕਰ ਰਿਹਾ ਸੀਗਾ ਜਿਸ ਦੇ ਵਿੱਚ ਉਹਨਾਂ ਨੂੰ ਉਹ ਦਬਕੇ ਮਾਰ ਕੇ ਕੇਸ ਦਰਜ ਕਰਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਿਹਾ ਸੀ। ਪਿਛਲੇ 5 ਦਿਨਾਂ ਤੋਂ ਚੱਲੀ ਪਰੇਸ਼ਾਨੀ ਦੇ ਵਿੱਚ ਆ ਕੇ ਉਹਨਾਂ ਨੇ ਕੱਲ੍ਹ ਆਪਦੀ ਜ਼ਿੰਦਗੀ ਮੌਤ ਨੂੰ ਗਲੇ ਲਾ ਲਿਆ। ਸਾਡੀ ਇਹ ਮੰਗ ਹੈ ਵੀ ਉਸ ਇਕਬਾਲ ਸਿੰਘ ਇੰਸਪੈਕਟਰ 'ਤੇ ਇਮੀਡੀਏਟ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਜੇ ਪੰਜਾਬ ਸਰਕਾਰ ਸਾਡੀ ਕੋਈ ਇਸ ਮੰਗ ਨੂੰ ਨਹੀਂ ਪੂਰਦੀ ਤਾਂ ਅਸੀਂ ਅੱਜ ਤੋਂ ਹੀ ਸਾਡਾ ਸਾਰੇ ਕੰਮ ਦਾ ਮੁਕੰਮਲ ਬਾਈਕਾਟ ਹੈ ਅਤੇ ਆਉਣ ਵਾਲੇ ਸੀਜ਼ਨ ਦਾ ਵੀ ਬਾਈਕਾਟ ਕੀਤਾ ਜਾਵੇਗਾ। ਤੁਹਾਨੂੰ ਕੋਈ ਇੰਟੀਮੇਸ਼ਨ ਵਗੈਰਾ ਦਿੱਤੀ ਸੀ ਉਹਨਾਂ ਨੇ, ਕੋਈ ਦੱਸਿਆ ਸੀਗਾ ਤੁਹਾਡੀ ਯੂਨੀਅਨ ਨੂੰ ਵੀ ਮੇਰੇ ਨਾਲ ਇਸ ਤਰ੍ਹਾਂ ਕਰਕੇ ਜਾ ਕਰ? ਉਹਨਾਂ ਨਾਲ ਸਾਡੇ ਹੋਰ ਵੀ ਜਿਹੜੇ ਅਧਿਕਾਰੀ ਸੀਗੇ ਉਸ ਇਨਕੁਆਇਰੀ ਦੇ ਵਿੱਚ ਸ਼ਾਮਿਲ ਹੁੰਦੇ ਸੀਗੇ, ਉੱਥੇ ਉਹਨਾਂ ਨੂੰ ਬਹੁਤ ਹੀ ਮਾੜਾ ਚੰਗਾ ਬੋਲਿਆ ਗਿਆ। ਉਹ ਬਹੁਤ ਇੱਕ ਸੈਂਸਿਟਿਵ ਅਤੇ ਮਹਿਕਮੇ ਦੇ ਹੋਣਹਾਰ ਸਾਡੇ DFSO ਸੀਗੇ ਜਿਨ੍ਹਾਂ ਨੂੰ ਮਤਲਬ ਕਿ ਮਹਿਕਮੇ ਦੇ ਸਭ ਤੋਂ ਵੱਧ ਕੰਮ ਦੀ ਨੌਲੇਜ ਸੀ, ਪਰ ਉਹ ਆਪਦੇ ਨਾਲ ਹੋਈ ਵਧੀਕੀ ਨੂੰ ਮਾੜਾ ਚੰਗੇ ਬੋਲ ਨੂੰ ਸਹਾਰ ਨਹੀਂ ਸਕੇ। ਮਾਨਸਿਕ ਪਰੇਸ਼ਾਨ ਹੁੰਦੇ ਹੋਏ ਉਹਨਾਂ ਨੇ ਆਪਦੇ ਫੈਮਿਲੀ ਮੈਂਬਰਾਂ ਨੂੰ ਦੱਸਿਆ ਵੀ ਮੈਂ ਬਹੁਤ ਪਰੇਸ਼ਾਨ ਹਾਂ, ਪਰ ਉਹ ਨਹੀਂ ਚੱਲਦੇ ਹੋਏ
ਉਹਨਾਂ ਨੇ ਮੌਤ ਨੂੰ ਆਪਣੇ ਗਲੇ ਲਾ ਲਿਆ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।